ਮੱਛਾ ਜੀ ਵਾਕਈ ਬੜਾ ਮਜ਼ਾ ਆਇਆ। ਇਹ ਤੁਹਾਡੀ ਤਰਜ਼ ਔਰ ਇਹ ਲੈ ਨਿਰਾਲੀ ਹੈ, ਲੋਕ ਬੜਾ ਪਸੰਦ ਕਰਨਗੇ। ਸ਼ੁਰੂ ਕਰੋ, ਇੱਥੋਂ ਵਾਕਿਆ ਸ਼ੁਰੂ ਕਰ ਦਿਓ। ਜੱਟ ਮਿਰਜ਼ਾ ਸਾਹਿਬਾਂ ਸਿਆਰ ਜਾ ਰਹੇ ਨੇ, ਹੁਣੀ ਤੇ ਨਾਰਦ ਨੇ ਝਗੜਾ ਪਾਇਆ ਹੈ। ਹੁਣੀਆਂ ਜੀ ਮੈਂ ਜੱਟ ਨੂੰ ਕਦੀ ਨੀ ਜਿਉਂਦਿਆਂ ਜਾਣ ਦੇਣਾ। ਤੇ ਨਾਰਦ ਕਹਿੰਦਾ ਭੈੜੇ ਜੇ ਮੁੰਡਾ ਚੰਗਾ ਕਦੀ ਸ਼ੁਕਲ ਮੇਲੇ ਵੇਖ ਲਈ ਤਾਂ ਛੱਡ ਖੇੜਾ। ਤੇ ਹੁਣੀ ਨਾਰਦ ਨਾਲ ਜਵਾਬ ਕਰਦੀ, ਮਨਸ਼ਾ ਪੇਸ਼ ਕਰਦਾ ਹੈ, ਔਰ ਕਿਸ ਤਰ੍ਹਾਂ ਜਵਾਬ ਕੀਤਾ ਹੁਣੀ। ਮਨਸ਼ਾ ਪੇਸ਼ ਕਰਦਾ, ਜੰਡ ਦੀ ਤਾਰੀਫ ਕਰਦਾ, ਜੱਟ ਮਿਰਜ਼ਾ ਕਿਸ ਤਰ੍ਹਾਂ ਤਾਰੀਫ ਕੀਤੀ।
ਜੱਟ ਦਿੰਦਾ ਸਿਫਤ ਸੁਣਾ ਜਵਾਬ ਕਰਦੀ ਏ ਮਨਸ਼ਾ ਪੇਸ਼ ਕਰਦਾ ਹੈ ਮੁਹੰਮਦ ਬਸ਼ੀਰ ਟਮਕੂ ਵਾਲਿਆ ਕਿਹੜਾ ਕਿਹੜਾ ਜਵਾਬ ਕਰਦੀ ਏ Thank you.
ਸੱਚ ਮਿਲਦਾ। ਸਾਹਿਬਾਂ ਸਿਆਲ ਨਾਲ ਜਵਾਬ ਕਰਦਾ, ਸਾਹਿਬਾਂ ਰੱਬ ਤੋਂ ਖੈਰ ਮੰਗ, ਤੇਰੇ ਸਿਆਲਾਂ ਚੋਂ ਜਿੰਨੀ ਫੌਜ ਆ ਗਈ ਜੱਟ ਨੇ ਕੋਈ ਢਿੰਗ ਨੀ ਜਾਣ ਦੇਣੀ। ਜੱਟ ਮਿਰਜ਼ਾ ਸਾਹਿਬਾਂ ਅੱਗੇ ਕਾਰ ਕਰਦਾ, ਮਨਸ਼ਾ ਪੇਸ਼ ਕਰਦਾ, ਖਾਰਿਆਂ ਵਾਲਾ ਕਿਸ ਤਰ੍ਹਾਂ ਕਾਰ ਕਰਦਾ ਹੈ। ਮਨਸ਼ਾ ਪੇਸ਼ ਕਰਦਾ ਉਡੀਕਦੀ।
ਸਾਹਿਬਾਂ ਠੰਡ ਮੈਨੂੰ ਤਾਂ ਹੀ ਪੈਣੀ ਏ। ਆ ਤੇਰੇ ਸ਼ਬੀਰ ਭਰਾ ਨੂੰ ਮੈਂ ਕਤਲ ਕਰ ਦਿੱਤਾ। ਭੈਣਾਂ ਦੇ ਵੀਰ ਬੜੇ ਪਿਆਰੇ ਹੁੰਦੇ ਨੇ। ਜੱਟ ਨੀ ਗੱਲ ਆ ਕੇ ਸੌ ਗਿਆ। ਸਾਹਿਬਾਂ ਸਿਆਲ ਜਾਗਦੀ ਹੋਣੀ ਗੁਰੂੜੀ ਜੀ ਮਾਈ ਬਣ ਕੇ ਸਾਹਿਬਾਂ ਦੇ ਕੋਲ ਆ ਗਈ। ਸਾਹਿਬਾਂ ਇਹਦੇ ਨਾਲ ਆ ਗਈ ਤੇ ਜੱਟ ਬੜਾ ਨਿਸ਼ਾਨੇ ਬਾਜੀ। ਤੇਰੇ ਸਿਰਾਂ ਚ ਜਿੰਨੀ ਫੌਜ ਆ ਗਈ ਜੱਟ ਨੇ ਇੱਕ ਟਿੰਗ ਨੀ ਜਾਣ ਦੇਣੀ। ਸਾਹਿਬਾਂ ਸਿਆਲ ਨੇ ਆਖਿਆ ਮਾਈ ਕੋ ਹੋਸ਼ ਕਰ, ਅੱਖ ਲੱਗੀ ਚ ਨਹੀਂ ਤੇ ਅਜ਼ਮਾ ਕੇ ਵੇਖ ਲੈ। ਮਾਈ ਤੇਨੀ ਗੱਲ ਕਰਕੇ ਹਵਾ ਹੋ ਗਈ ਤੇ ਸਾਹਿਬਾਂ ਨੇ ਮਿਰਜ਼ੇ ਨੂੰ ਉਠਾ ਲਿਆ। ਤੇ ਮਿਰਜ਼ਿਆ ਤੂੰ ਸੁਣਿਆ ਨਿਸ਼ਾਨੇਬਾਜ਼ ਬਣਾ। ਅੱਖ ਲੱਗਾ ਸਾਹਿਬਾਂ ਕੋ ਦਾਲ ਚ ਕਾਲਾ ਕਲਾਇਆ ਤੁਸੀਂ। ਸਾਹਿਬਾਂ ਨੇ ਧਿਆਨ ਮਾਰਿਆ ਤੇ ਜਨ ਦੀ ਪ੍ਰੰਭ ਨਾਲ ਜੋੜਾ ਭੁੰਡਣ ਦਾ ਬੈਠਾ ਹੈ। ਅੱਖ ਲੱਗੀ ਜੇ ਤੀਰ ਮਾਰ ਕੇ ਜਿਉਂਦਾ ਮੇਰੀ ਝੋਲੀ ਚ ਆਵੇ ਤੇ ਮੈਂ ਤਾਂ ਮੰਨਾਂਗੀ ਵੀ ਜੱਟ ਨਿਸ਼ਾਨੇਬਾਜ਼ ਨੇ ਤੇ ਮੈਂ ਨੀ ਮੰਨਣਾ। ਜੱਟ ਮਿਰਜ਼ਾ ਸੋਚਦਾ ਜਾ ਮੌਲਾ ਮੈਂ ਤੀਰ ਮਾਰਿਆ ਦੋ ਪੁੰਡ ਮਰ ਗਿਆ ਤੇ ਰੱਬ ਦਾ ਵੀ ਦੇਣਦਾਰ ਹੋਵਾਂਗਾ। ਜੇ ਤੀਰ ਨਾਲ ਲੱਗਾ ਤੇ ਸਾਹਿਬਾਂ ਨੇ ਆਖਣਾ ਜੱਟ ਵਾਲੀ ਗੱਲਬਾਤ ਹੋਣੀ ਹੁਣ।
समझ नहीं आ गए जट नू केड़ा पा लिया। मनशा पेश करता किसरा घोड़ी नू गल लैके हाई मार दी चंदी ਹੁੰਦੇ ਜੋ